ਸਹੁਰੇ ਘਰ ਜਾ ਰਹੇ ਸ਼ਖਸ ਦੀ ਮੌਤ ਹੋ ਗਈ ਹੈ, ਪਤਨੀ ਸਮੇਤ ਖੰਬੇ ਦੇ ਵਿੱਚ ਵੱਜਦਾ ਹੈ। ਦਰਅਸਲ ਇੱਕ ਸ਼ਖਸ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਦੇ ਨਾਲ ਸਹੁਰੇ ਘਰ ਜਾ ਰਿਹਾ ਸੀ, ਰਾਹ ਦੇ ਵਿੱਚ ਉਸਦੇ ਮੋਟਰਸਾਈਕਲ ਦਾ ਟਾਇਰ ਫਟ ਜਾਂਦਾ ਹੈ। ਮੋਟਰਸਾਈਕਲ ਤੇਜ਼ ਰਫ਼ਤਾਰ ਸੀ, ਅਨਿਯੰਤਰਿਤ ਹੋ ਕੇ ਇਹ ਮੋਟਰਸਾਈਕਲ ਸਿੱਧਾ ਇੱਕ ਖੰਬੇ ਦੇ ਵਿੱਚ ਜਾ ਵੱਜਦਾ ਹੈ, ਜਿਸ ਕਰਕੇ ਦੋਹਾਂ ਪਤੀ ਪਤਨੀ ਨੂੰ ਸੱਟ ਲੱਗਦੀ ਹੈ, ਕਾਫ਼ੀ ਡੂੰਘੀਆਂ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਪਰ ਮੰਦਭਾਗੀ ਗੱਲ ਇਹ ਰਹੀ ਕਿ ਸ਼ਖਸ ਦੀ ਮੌਤ ਹੋ ਗਈ, ਯਾਨੀ ਕਿ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਦਾ ਹਾਲੇ ਇਲਾਜ ਚੱਲ ਰਿਹਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਗਾ ਦੇ ਸਿੰਘਾਵਾਲਾ ਦੀਆਂ, ਜਿੱਥੇ ਦਰਦਨਾਕ ਹਾਦਸਾ ਵਾਪਰਿਆ ਹੈ। ਪਤਨੀ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਜਾ ਰਿਹਾ ਸੀ ਸ਼ਖਸ, ਜਿਸਦਾ ਨਾਮ ਪਿੱਪਲ ਸਿੰਘ ਦੱਸਿਆ ਜਾ ਰਿਹਾ। ਤਸਵੀਰ ਤੁਹਾਨੂੰ ਦਿਖਾ ਰਿਹਾ ਉਹੀ ਸ਼ਖਸ ਹੈ ਜੋ ਕਿ ਆਪਣੀ ਪਤਨੀ ਦੇ ਨਾਲ ਸਹੁਰੇ ਘਰ ਜਾ ਰਿਹਾ ਸੀ, ਤਾਂ ਰਾਹ ਦੇ ਵਿੱਚ ਇਸਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ, ਜਿਸ ਕਰਕੇ ਖੰਬੇ ਦੇ ਵਿੱਚ ਟਕਰਾਉਂਦਾ ਹੈ ਅਤੇ ਇਸਦੀ ਮੌਤ ਹੋ ਜਾਂਦੀ ਹੈ, ਯਾਨੀ ਕਿ ਪਿੱਪਲ ਸਿੰਘ ਦੀ ਮੌਤ ਹੋ ਜਾਂਦੀ ਹੈ। ਤਾਂ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਦੇਖ ਸਕਦੇ ਹੋ ਕਿ ਕਿਵੇਂ ਇੱਕ ਮੋਟਰਸਾਈਕਲ ਦਾ ਟਾਇਰ ਫਟਣ ਕਰਕੇ ਇੱਕ ਸ਼ਖਸ ਦੀ ਜਾਨ ਚਲੀ ਗਈ, ਇੱਕ ਔਰਤ ਵਿਧਵਾ ਹੋ ਗਈ। ਤਾਂ ਮੋਗਾ ਦੇ ਸਿੰਘਾਵਾਲਾ ਪਾਵਰ ਗ੍ਰਿੱਡ ਦੇ ਕੋਲ ਇਹ ਹਾਦਸਾ ਵਾਪਰਿਆ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਮੋਗਾ ਦੇ ਸਿੰਘਾਵਾਲਾ ਪਾਵਰ ਤੋਂ ਸਾਹਮਣੇ ਆ ਰਹੀਆਂ ਨੇ। ਇਹ ਮੋਗੇ ਤੋਂ ਹੀ ਸਿੰਘਾਲੇ ਨੂੰ ਵਾਪਸ ਜਾ ਰਹੇ ਸੀਗੇ ਸਹੁਰਾ ਪਿੰਡ ਨੂੰ, ਅਤੇ ਰਸਤੇ 'ਚ ਟਾਇਰ ਪੈਂਚਰ ਹੋਣ ਕਰਕੇ ਖੰਭੇ 'ਚ ਮੋਟਰਸਾਈਕਲ ਵੱਜ ਗਏ। ਕਿੰਨੇ ਜਣੇ ਸਵਾਰ ਸੀ ਮੋਟਰਸਾਈਕਲ? ਦੋ ਜਣੇ ਸੀਗੇ, ਕੁੜੀ ਅਤੇ ਪ੍ਰਾਹੁਣੇ। ਡੈਡ ਕਿੱਦਾਂ ਹੋਏ? ਹੈ ਜੀ, ਹਾਲਤ ਕਿੱਦਾਂ ਉਹਨਾਂ ਦੀ? ਡੈਡ ਹੋ ਗਈ ਜੀ ਦੋਨੋਂ? ਨਹੀਂ, ਪ੍ਰਾਹੁਣਾ ਸਰ ਜੀ, ਕੁੜੀ ਤਾਂ ਠੀਕ ਆ। ਕੀ ਟਾਇਰ ਫਟਿਆ ਸੀਗਾ? ਹਾਂਜੀ, ਮੋਟਰਸਾਈਕਲ ਟਾਇਰ ਫਟਣ ਕਰਕੇ। ਉਸ ਤੋਂ ਬਾਅਦ ਕਿਸੇ ਚੀਜ਼ 'ਚ ਵੀ ਵੱਜਿਆ? ਨਾ, ਇਸ ਤੋਂ ਬਾਅਦ ਨਹੀਂ ਗਈ ਉੱਥੇ, ਫਿਰ 10-15 ਮਿੰਟ ਪਏ ਜਾਂ ਤਾਂ ਐਂਬੂਲੈਂਸ 10-15 ਮਿੰਟ ਲੇਟ ਆਈ, ਜਦੋਂ ਲੈ ਕੇ ਆਈ ਅਤੇ ਉਦੋਂ ਨੂੰ ਖਤਮ ਹੋਈ। ਕੰਮ ਕੀ ਕਰਦੇ ਜੀ? ਕੰਮ ਤਾਂ ਮਿਸਤਰੀ ਦਾ ਕਰਦੇ, ਪੱਕੀ ਮਾਰੀ ਦਾ। ਕਿੰਨੀ ਉਮਰ ਸੀ ਇਹਨਾਂ ਦੀ? 36 ਸਾਲ ਸੀ ਜੀ। ਕਿੰਨੇ ਬੱਚੇ? ਦੋ ਮੁੰਡੇ। ਹੀਰਾ ਸਿੰਘ ਬਿਲਡਿੰਗ 'ਚ ਦਫ਼ਤਰ ਆ, ਉੱਥੇ ਬੈਠੇ ਸੀ, ਕਾਲ ਆਈ ਐਮਰਜੈਂਸੀ, ਅਤੇ ਵੀ ਸਿੰਘਾਲੇ ਐਕਸੀਡੈਂਟ ਹੋਇਆ, ਮੋਗੇ ਤੋਂ ਸਿੰਘਾਲੇ ਜਾ ਰਹੇ ਸੀ, ਠੀਕ ਹੈ ਜੀ, ਮੋਟਰਸਾਈਕਲ ਦਾ ਟਾਇਰ ਪਟਨੇ ਕਾਰਨ, ਠੀਕ ਹੈ ਜੀ, ਬੈਲੈਂਸ ਵਿਗੜ ਗਿਆ, ਉਹਦੇ ਵਿੱਚ ਖੰਭੇ ਦੇ ਲੱਗਣ ਦੇ ਨਾਲ ਇੱਕ ਦੀ ਡੈਥ ਹੋ ਗਈ। ਕਿੰਨੇ ਜਾਣੇ ਸੀ? ਦੋ ਜਾਣੇ ਸੀਗੇ, ਹਸਬੈਂਡ ਵਾਈਫ ਸੀ। ਦੂਜੇ ਦੀ ਹਾਲਤ ਕਿੱਦਾਂ? ਦੂਜੇ ਦੀ ਠੀਕ ਆ ਜੀ, ਮਤਲਬ ਕਿ ਮਾੜੀ ਮੋਟੀਆਂ ਸੱਟਾਂ। ਪਤਾ ਲੱਗਾ ਕਿੱਥੋਂ ਕਿੱਥੇ ਆ ਰਹੇ? ਇਹ ਮੋਗੇ ਤੋਂ ਸਿੰਘਾਲਾ ਜਾ ਰਹੇ ਸੀ, ਪਿੰਡ ਸਿੰਘਾਲਾ। ਸਹੁਰੇ ਘਰ ਜਾ ਰਹੇ ਸ਼ਖਸ ਦੀ ਮੌਤ ਹੋ ਗਈ ਹੈ, ਪਤਨੀ ਸਮੇਤ ਖੰਬੇ ਦੇ ਵਿੱਚ ਵੱਜਦਾ ਹੈ। ਦਰਅਸਲ ਇੱਕ ਸ਼ਖਸ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਦੇ ਨਾਲ ਸਹੁਰੇ ਘਰ ਜਾ ਰਿਹਾ ਸੀ, ਰਾਹ ਦੇ ਵਿੱਚ ਉਸਦੇ ਮੋਟਰਸਾਈਕਲ ਦਾ ਟਾਇਰ ਫਟ ਜਾਂਦਾ ਹੈ। ਮੋਟਰਸਾਈਕਲ ਤੇਜ਼ ਰਫ਼ਤਾਰ ਸੀ, ਅਨਿਯੰਤਰਿਤ ਹੋ ਕੇ ਇਹ ਮੋਟਰਸਾਈਕਲ ਸਿੱਧਾ ਇੱਕ ਖੰਬੇ ਦੇ ਵਿੱਚ ਜਾ ਵੱਜਦਾ ਹੈ, ਜਿਸ ਕਰਕੇ ਦੋਹਾਂ ਪਤੀ ਪਤਨੀ ਨੂੰ ਸੱਟ ਲੱਗਦੀ ਹੈ, ਕਾਫ਼ੀ ਡੂੰਘੀਆਂ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਪਰ ਮੰਦਭਾਗੀ ਗੱਲ ਇਹ ਰਹੀ ਕਿ ਸ਼ਖਸ ਦੀ ਮੌਤ ਹੋ ਗਈ, ਯਾਨੀ ਕਿ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਦਾ ਹਾਲੇ ਇਲਾਜ ਚੱਲ ਰਿਹਾ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਗਾ ਦੇ ਸਿੰਘਾਵਾਲਾ ਦੀਆਂ, ਜਿੱਥੇ ਦਰਦਨਾਕ ਹਾਦਸਾ ਵਾਪਰਿਆ ਹੈ। ਪਤਨੀ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਜਾ ਰਿਹਾ ਸੀ ਸ਼ਖਸ, ਜਿਸਦਾ ਨਾਮ ਪਿੱਪਲ ਸਿੰਘ ਦੱਸਿਆ ਜਾ ਰਿਹਾ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉਹੀ ਸ਼ਖਸ ਹੈ ਜੋ ਕਿ ਆਪਣੀ ਪਤਨੀ ਦੇ ਨਾਲ ਸਹੁਰੇ ਘਰ ਜਾ ਰਿਹਾ ਸੀ, ਤਾਂ ਰਾਹ ਦੇ ਵਿੱਚ ਇਸਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ, ਜਿਸ ਕਰਕੇ ਖੰਬੇ ਦੇ ਵਿੱਚ ਟਕਰਾਉਂਦਾ ਹੈ ਅਤੇ ਇਸਦੀ ਮੌਤ ਹੋ ਜਾਂਦੀ ਹੈ, ਯਾਨੀ ਕਿ ਪਿੱਪਲ ਸਿੰਘ ਦੀ
ਮੌਤ ਹੋ ਜਾਂਦੀ ਹੈ। ਤਾਂ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਦੇਖ ਸਕਦੇ ਹੋ ਕਿ ਕਿਵੇਂ ਇੱਕ ਮੋਟਰਸਾਈਕਲ ਦਾ ਟਾਇਰ ਫਟਣ ਕਰਕੇ ਇੱਕ ਸ਼ਖਸ ਦੀ ਜਾਨ ਚਲੀ ਗਈ, ਇੱਕ ਔਰਤ ਵਿਧਵਾ ਹੋ ਗਈ। ਤਾਂ ਮੋਗਾ ਦੇ ਸਿੰਘਾਵਾਲਾ ਪਾਵਰ ਗ੍ਰਿੱਡ ਦੇ ਕੋਲ ਇਹ ਹਾਦਸਾ ਵਾਪਰਿਆ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਮੋਗਾ ਦੇ ਸਿੰਘਾਵਾਲਾ ਪਾਵਰ ਤੋਂ ਸਾਹਮਣੇ ਆ ਰਹੀਆਂ ਨੇ। ਇਹ ਮੋਗੇ ਤੋਂ ਹੀ ਸਿੰਘਾਲੇ ਨੂੰ ਵਾਪਸ ਜਾ ਰਹੇ ਸੀਗੇ ਸਹੁਰਿਆਂ ਪਿੰਡ ਨੂੰ, ਅਤੇ ਰਸਤੇ 'ਚ ਟਾਇਰ ਪੈਂਚਰ ਹੋਣ ਕਰਕੇ ਖੰਭੇ 'ਚ ਮੋਟਰਸਾਈਕਲ ਵੱਜ ਗਏ। ਕਿੰਨੇ ਜਣੇ ਸਵਾਰ ਸੀ ਮੋਟਰਸਾਈਕਲ? ਦੋ ਜਣੇ ਸੀਗੇ ਜੀ, ਕੁੜੀ ਅਤੇ ਪ੍ਰਾਹੁਣੇ। ਡੈਡ ਕਿੱਦਾਂ ਹੋਏ? ਹੈ ਜੀ, ਹਾਲਤ ਕਿੱਦਾਂ ਉਹਨਾਂ ਦੀ? ਡੈਡ ਹੋ ਗਈ ਜੀ ਦੋਨੋਂ? ਨਹੀਂ, ਪ੍ਰਾਹੁਣਾ ਸਾਹਿਬ ਜੀ, ਕੁੜੀ ਤਾਂ ਠੀਕ ਆ। ਕੀ ਟਾਇਰ ਫਟਿਆ ਸੀਗਾ? ਹਾਂਜੀ, ਮੋਟਰਸਾਈਕਲ ਦਾ ਟਾਇਰ ਫਟਣ ਕਰਕੇ। ਉਸ ਤੋਂ ਬਾਅਦ ਕਿਸੇ ਚੀਜ਼ 'ਚ ਵੀ ਵੱਜਿਆ? ਨਾ, ਇਸ ਤੋਂ ਬਾਅਦ ਨਹੀਂ ਗਏ ਜੀ। ਉੱਥੇ ਫਿਰ 10-15 ਮਿੰਟ ਪਏ, ਜਾਂ ਤਾਂ ਐਂਬੂਲੈਂਸ 10-15 ਮਿੰਟ ਲੇਟ ਆਈ ਜਦੋਂ ਲੈ ਕੇ ਆਏ, ਅਤੇ ਉਦੋਂ ਨੂੰ ਖਤਮ ਹੋਈ। ਕੰਮ ਕੀ ਕਰਦੇ ਜੀ? ਕੰਮ ਤਾਂ ਮਿਸਤਰੀ ਦਾ ਕਰਦੇ, ਪੱਕੀ ਮਾਰੀ ਦਾ। ਕਿੰਨੀ ਉਮਰ ਸੀ ਇਹਨਾਂ ਦੀ? 36 ਸਾਲ ਸੀ ਜੀ। ਕਿੰਨੇ ਬੱਚੇ? ਦੋ ਮੁੰਡੇ। ਹੀਰਾ ਸਿੰਘ ਬਿਲਡਿੰਗ 'ਚ ਦਫ਼ਤਰ ਆ, ਉੱਥੇ ਹੀ ਉੱਥੇ ਬੈਠੇ ਸੀ। ਇਹ ਕਾਲ ਆਈ ਐਮਰਜੈਂਸੀ, ਅਤੇ ਜੀ ਸਿੰਘ ਵਾਲੇ ਐਕਸੀਡੈਂਟ ਹੋਇਆ, ਮੋਗੇ ਤੋਂ ਸਿੰਘ ਵਾਲੇ ਜਾ ਰਹੇ ਸੀ, ਠੀਕ ਹੈ ਜੀ, ਮੋਟਰਸਾਈਕਲ ਦਾ ਟਾਇਰ ਪੱਟਣ ਕਾਰਨ, ਠੀਕ ਹੈ ਜੀ, ਬੈਲੈਂਸ ਵਿਗੜ ਗਿਆ, ਉਹਦੇ ਵਿੱਚ ਖੰਭੇ ਦੇ ਲੱਗਣ ਦੇ ਨਾਲ ਇੱਕ ਦੀ ਡੈਥ ਹੋ ਗਈ। ਕਿੰਨੇ ਜਾਣੇ ਸੀ? ਦੋ ਜਾਣੇ ਸੀਗੇ, ਹਸਪਤਾਲ ਆਏ ਸੀ। ਦੂਜੇ ਦੀ ਹਾਲਤ ਕਿੱਦਾਂ? ਦੂਜੇ ਦੀ ਠੀਕ ਆ ਜੀ, ਮਤਲਬ ਕਿ ਮਾੜੀ ਮੋਟੀਆਂ ਸੱਟਾਂ। ਪਤਾ ਲੱਗਾ ਕਿੱਥੋਂ ਕਿੱਥੇ ਆ ਰਹੇ? ਇਹ ਮੋਗੇ ਤੋਂ ਸਿੰਘਾਲਾ ਜਾ ਰਹੇ ਸੀ, ਪਿੰਡ ਸਿੰਘਾਲਾ।